ਆਦੇਸ਼ ਦਿੱਤੇ ਗਏ ਸੀਗੇ ਕਿ ਇਸ ਕੇਸ ਨੂੰ ਛੇਤੀ ਟਰੇਸ ਕੀਤਾ ਜਾਵੇ ਅਤੇ ਇਹਦੇ ਜਿਹੜੇ ਐਕਿਊਜ਼ ਹੈਗੇ ਉਹਨਾਂ ਨੂੰ ਛੇਤੀ ਫੜਿਆ ਜਾਵੇ। ਇਸ ਸੰਬੰਧ ਦੇ ਵਿੱਚ DGP ਸਾਹਿਬ ਨੇ ਮੇਰੀ ਡਿਊਟੀ ਲਾਈ ਸੀਗੀ ਅਤੇ CP ਅੰਮ੍ਰਿਤਸਰ ਮਿਸਟਰ ਰਣਜੀਤ ਸਿੰਘ ਇਹ ਵੀ ਉਹਨਾਂ ਦੀ ਟੀਮੇ ਸਵੇਰ ਤੋਂ ਕੰਮ ਕਰੀ ਜਾ ਰਹੀ ਹੈ। ਇਸ ਕੇਸ ਦੇ ਵਿੱਚ ਅਸੀਂ ਵੱਖ ਵੱਖ ਥਾਵਾਂ 'ਤੇ ਟੀਮੇ ਭੇਜੀ ਹੈਗੀ, ਤਰਨ ਤਾਰਨ, ਜਲੰਧਰ, ਕਪੂਰਥਲਾ, ਅੰਮ੍ਰਿਤਸਰ ਰੂਰਲ, ਲੋਕਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ। ਤਾਂ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਦੋ ਵਿਅਕਤੀ ਇੱਥੇ ਆਏ ਸੀਗੇ ਜਿਨ੍ਹਾਂ ਨੇ ਮੋਰਨਿੰਗ ਵਿੱਚ ਆ ਕੇ ਗੋਲੀ ਚਲਾਈ, ਅਸੀਂ ਬੜੀ ਮਿਹਨਤ ਨਾਲ ਉਹਨਾਂ ਦੇ ਨਾਂ ਪਤਾ ਕੀਤੇ ਹੈਗੇ ਅਤੇ ਦੋਨਾਂ ਦੀ ਪਹਿਚਾਣ ਹੋ ਚੁੱਕੀ ਹੈਗੀ। ਜਿਹੜੇ ਦੋ ਦੋਸ਼ੀ ਹੈ ਉਹਨਾਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਇਟ ਜਸਟ ਮੈਟਰ ਆਫ ਟਾਈਮ ਕਿ ਅਸੀਂ ਉਹਨਾਂ ਨੂੰ ਕਦੋਂ ਫੜਦੇ ਹੈਗੇ। ਅਤੇ CP ਅੰਮ੍ਰਿਤਸਰ ਉਹਨਾਂ ਦੀ ਟੀਮ, ਸਾਡੀ ਟੀਮ ਇਹਦੇ ਵਿੱਚ ਲੱਗੀ ਹੈਗੀ ਅਤੇ ਹੋਪਫੁਲੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਫੜ ਲਵਾਂਗੇ। ਦੇਖੋ ਮੈਂ ਤੁਹਾਨੂੰ ਇਹ ਦੱਸ ਰਿਹਾ ਹੈਗਾ ਕਿ ਅਸੀਂ ਉਹਨਾਂ ਦੀ ਪਹਿਚਾਣ ਕਰ ਚੁੱਕੀ ਹੈ, ਲੇਕਿਨ ਜਦੋਂ ਫੜਾਂਗੇ ਉਸ ਤੋਂ ਬਾਅਦ ਹੀ ਪਤਾ ਚੱਲੂਗਾ ਨਾ ਕਿ ਹਾਂਜੀ ਅਸੀਂ ਕਰ ਸਕਦੇ ਹਾਂ, ਲੇਕਿਨ ਨਾ ਉਹ ਡਿਲੇ ਹੋ ਜਾਊਗਾ ਅਰਸ ਦੇ ਵਿੱਚ ਵੀ, ਉਹ ਕਰਨਾ ਠੀਕ ਨਹੀਂ ਰਹੂਗਾ। ਦੋਨਾਂ ਦੀ ਹਾਂਜੀ FIR ਦੀ ਡਿਟੇਲ CP ਸਾਹਿਬ ਤੁਹਾਨੂੰ ਦੱਸਣਗੇ, ਰਾਈਟ। ਬਾਕੀ ਚੰਡੀਗੜ੍ਹ ਦੀ ਟੀਮ ਵੀ ਕੰਮ ਕਰੇ ਜਾ ਰਹੀ ਇਸ ਕੇਸ 'ਤੇ। DGP ਸਾਹਿਬ ਵੱਲੋਂ ਬੜੇ ਸਖਤ ਆਰਡਰ ਸੀਗੇ ਕਿ ਇਸ ਕੇਸ ਨੂੰ ਛੇਤੀ ਟਰੇਸ ਕੀਤਾ ਜਾਵੇ। ਸਾਡੀ ਟੀਮਸ ਇਹਦੇ ਵਿੱਚ ਕੰਮ ਕਰ ਰਹੀ ਹੈ, ਇਸ ਕਰਕੇ ਅਸੀਂ 12 ਘੰਟੇ ਦੇ ਵਿੱਚ ਹੀ ਬੰਦਿਆਂ ਦੀ ਪਛਾਣ ਕਰ ਚੁੱਕੇ ਦੋਸ਼ੀਆਂ ਦੀ, ਅਤੇ ਬਾਕੀ ਟੀਮੇ ਲੱਗੀ ਹੈਗੀ ਅਤੇ ਛੇਤੀ ਉਹਨਾਂ ਨੂੰ ਫੜ ਲਵਾਂਗੇ। ਸ਼ੱਕ ਜ਼ਾਹਰ ਕੀਤਾ ਸੀ ਕਿ ਸੁਖਚੈਨ ਸਿੰਘ ਦੇ ਪਹਿਲੇ ਸਹੁਰੇ ਜਿਹੜੇ ਨੇ ਟਾਂਡੇ ਦੇ ਉਹਨਾਂ 'ਤੇ ਸ਼ੱਕ ਦੀ ਸੂਈ ਜਾਰੀ। ਇਸ ਤਰ੍ਹਾਂ ਅਸੀਂ ਹੁਣ ਕੁਛ ਕਹਿ ਨਹੀਂ ਸਕਦੇ ਜਦ ਤੱਕ ਅਸੀਂ ਉਹਨਾਂ ਨੂੰ ਫੜਦੇ ਨਹੀਂ। ਬਾਕੀ CP ਸਾਹਿਬ ਨੂੰ ਮੈਂ ਕਹਿਤਾ ਹੈਗਾ ਕਿ ਇਹਨਾਂ ਦੋਨਾਂ ਦੀ LOC ਜਾਰੀ ਕਰਨ ਬਾਰੇ, ਅਤੇ ਉਹਨਾਂ ਦੀ ਦੋਨਾਂ ਦੀ LOC ਅਸੀਂ ਜਾਰੀ ਕਰ ਚੁੱਕੇ ਹੈਗੇ। ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਜਿਹਦੇ ਖਿਲਾਫ 10 ਪਰਚੇ ਹੈ, ਅਤੇ ਕੁਛ ਪਰਚੇ ਹੈਗੇ NDPS ਦੇ, ਕੁਛ ਪਰਚੇ ਹੈਗੇ ਲੜਾਈ ਝਗੜੇ ਦੇ। ਦੂਜਾ ਜਿਹੜਾ ਬੰਦਾ ਹੈਗਾ ਉਹਦੇ ਖਿਲਾਫ NDPS ਦੇ ਪਰਚੇ। ਇਹ ਹੁਣ ਤੱਕ ਲੱਗਦਾ ਨਹੀਂ ਕਿਸੇ ਗੈਂਗ ਨਾਲ ਜੁੜੇ ਹੈਗੇ। ਇਹ ਦੇਖੋ ਇਹ ਕਹਿਣਾ ਠੀਕ ਨਹੀਂ ਰਹੂਗਾ। ਸ਼ੱਕ ਹੈਗਾ ਉਹ ਗੱਲ ਵੱਖਰੀ ਹੈ, ਅਸੀਂ ਜਾਵਾਂਗੇ ਜਿਹੜੀ ਤਫਤੀਸ਼ ਹੈ ਉਹਦੇ ਮੁਤਾਬਿਕ ਜਾਵਾਂਗੇ। ਜਦੋਂ ਅਸੀਂ ਇਹਨਾਂ ਨੂੰ ਦੋਸ਼ੀਆਂ ਨੂੰ ਫੜ ਲਵਾਂਗੇ ਉਸ ਤੋਂ ਬਾਅਦ ਫਿਰ ਦੱਸ ਪਾਵਾਂਗੇ ਮੋਟਿਵ ਕੀ ਸੀਗਾ।
ਸੀਪੀ ਸਾਹਿਬ ਦਸਵਾਂਗ ਦੇਖੋ ਇਹ ਤਾਂ ਕਾਮਨ ਸੈਂਸੀਕਲ ਗੱਲ ਹੈਗੀ ਕਿ ਜਦੋਂ ਬੰਦੀ ਇੱਥੇ ਪਹੁੰਚ ਗਏ ਉਹਨਾਂ ਦੇ ਹੁਲੀਆ ਕੀ ਸੀਗਾ, ਕਿਸ ਗੱਡੀ ਤੇ ਆਏ ਉਹ, ਜਿਹੜੀ ਗੱਡੀ ਤੇ ਉਹ ਆਏ ਸੀਗੇ ਉਹ ਗੱਡੀ ਵੀ ਅਸੀਂ ਸਾਨੂੰ ਪਤਾ ਲੱਗ ਗਿਆ ਕਿਸ ਗੱਡੀ ਤੇ ਆਏ ਸੀਗੇ, ਮੋਟਰਸਾਈਕਲ ਸੀਗੀ ਤੇ ਉਹਦੇ ਬਾਰੇ ਪਤਾ ਲੱਗ ਗਿਆ ਸਾਨੂੰ, ਤੇ ਬਾਕੀ ਜਸਟ ਮੈਟਰ ਆਫ ਅਰੈਸਟਿੰਗ ਦੈਮ। ਸਰ ਬਿਲੋਂਗ ਪੰਜਾਬ ਨਾਲ ਹੀ ਕਰਦੇ ਨੇ? ਹਾਂਜੀ ਹਾਂਜੀ, ਇੱਕ ਹੈਗਾ ਕਪੂਰਥਲੇ ਦਾ, ਦੂਜਾ ਹੈਗਾ ਜਲੰਧਰ ਦਾ। ਸਰ ਇੱਕ ਹੈਰਾਨੀ ਵਾਲੀ ਗੱਲ ਕਿ ਗੋਲੀ ਚਲਾਉਣ ਆਇਆ ਬੰਦਾ ਮਾਰਨ ਦੀ ਨੀਤ ਇੱਥੇ ਪਹੁੰਚੇ, ਨਾ ਉਹਨਾਂ ਨੇ ਚਿਹਰੇ ਢੱਕੇ, ਨਾ ਮਤਲਬ ਨੰਬਰ ਪਲੇਟ ਵੀ ਉਹਨਾਂ ਨੇ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਐਡੇ ਮਤਲਬ ਬੁਲੰਦ ਹੌਸਲੇ ਕਿਸ ਤਰ੍ਹਾਂ ਦੀ ਕ੍ਰਿਮੀਨਲ ਦੇ? ਇਹ ਦੇਖੋ ਉਹ ਤੋਂ ਪੜ੍ਹਨ ਤੋਂ ਬਾਅਦ ਹੀ ਦੱਸਵਾਂਗੇ ਮਤਲਬ ਜੋ ਵੀ ਹੈਗਾ। ਬਾਕੀ ਸੀ ਪੰਜਾਬ ਪੁਲਿਸ ਬਹੁਤ ਮਿਹਨਤ ਕਰ ਰਹੀ ਹੈਗੀ, ਤਾਂ ਹੁਣ ਇਹ ਦੇਖੋ ਇਸ ਕੇਸ ਵਿੱਚ ਕੁਛ ਹੀ ਘੰਟਿਆਂ ਦੀ ਮਤਲਬ 12 ਘੰਟੇ ਵੀ ਨਹੀਂ ਹੋਏ, ਹੁਣ 12 ਘੰਟੇ ਦੇ ਵਿੱਚ ਹੀ ਅਸੀਂ ਦੋਨਾਂ ਦੀ ਪਹਿਚਾਣ ਕਰ ਚੁੱਕੇ ਹੈਗੇ ਅਤੇ ਸਾਨੂੰ ਉਮੀਦ ਹੈ ਕਿ ਉਹ ਬੰਦੇ ਛੇਤੀ ਫੜੇ ਜਾਣਗੇ। ਦੇਖੋ ਸੀ ਪੀ ਸਾਹਿਬ ਦੱਸ ਪਾਣਗੇ ਕਿ ਕੁਛ ਬੰਦੇ ਹੋ ਸਕਦਾ ਹੈ ਕਿ ਰਾਊਂਡ ਅਪ ਕਿਤੇ ਹੋਣ ਆਉਣੇ ਇਹਨਾਂ ਨੇ, ਬਟ ਯੂ ਨੋ ਸਾਨੂੰ ਪਤਾ ਹੀ ਲੱਗਿਆ ਕਿਹੜੇ ਬੰਦੇ ਹੈਗੇ। ਐਫ ਆਈ ਆਰ ਦੇ ਬਾਰੇ ਸੀ ਪੀ ਸਾਹਿਬ ਦੱਸਣਗੇ ਕਿੰਨਾ ਦੇ ਖਿਲਾਫ਼ ਐਫ ਆਈ ਆਰ ਹੋ ਚੁੱਕੀ ਹੈ। ਸਰ ਆਪ ਪਰਿਵਾਰ ਸੇ ਮਿਲੇ ਹੋ ਅਭੀ, ਪਰਿਵਾਰ ਨੇ ਕੁਛ ਆਪਕੋ ਬਤਾਇਆ ਹੈ, ਕੁਛ ਕਹਿ ਸਕਤੇ ਹੈ, ਕੁਛ ਆਪਸੇ ਮਾਂਗ ਕੀ ਹੈ ਕਿ ਜਲਦੀ ਸੇ ਜਲਦੀ ਕਾਰਵਾਈ ਹੋ? ਹਾਂਜੀ, ਉਹ ਕੰਸਰਨਡ ਹੈਗੇ ਕਿ ਉਹਨਾਂ ਦੇ ਘਰ ਵਿੱਚ ਆ ਕੇ ਬੰਦਿਆਂ ਨੇ ਗੋਲੀ ਚਲਾਈ ਅਤੇ ਉਹ ਕਹਿੰਦੇ ਸੀਗੇ ਕਿ ਉਹਨਾਂ ਨੂੰ ਜਿਨ੍ਹਾਂ ਨੇ ਗੋਲੀ ਚਲਾਈ ਉਹ ਦੋਸ਼ੀ ਛੇਤੀ ਫੜੇ ਜਾਣ। ਕੇਸ ਦੇ ਵਿੱਚ ਜਿਨ੍ਹਾਂ ਨੇ ਆ ਕੇ ਮੌਕੇ ਦੇ ਉੱਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਬੋਥ ਹੈਵ ਬੀਨ ਆਈਡੈਂਟੀਫਾਈਡ ਅਤੇ ਉਹਨਾਂ ਦੇ ਅਰੈਸਟ ਹੋਣ ਤੋਂ ਬਾਅਦ ਹੀ ਇਹ ਵੈਰੀਫਿਕੇਸ਼ਨ ਹੋ ਪਾਵੇਗੀ ਵੀ ਜੋ ਪਰਿਵਾਰ ਦੇ ਐਲੀਗੇਸ਼ਨ ਨੇ ਉਹ ਐਲੀਗੇਸ਼ਨ ਸਹੀ ਨੇ ਜਾਂ ਉਹਦੇ 'ਚ ਕੋਈ ਹੋਰ ਮੋਟਿਵ ਆ ਜਾਂ ਐਗਜੈਕਟ ਮੋਟਿਵ ਕੀ ਆ, ਉਹ ਐਗਜੈਕਟਲੀ ਜਿਹੜਾ ਇਨਵੈਸਟੀਗੇਸ਼ਨ ਸਾਰੀ ਕਲੀਅਰ ਹੋਣ ਤੋਂ ਬਾਅਦ ਹੀ ਤੁਹਾਨੂੰ ਕਲੈਰਿਟੀ ਹੋਵੇ। ਹਾਂਜੀ, ਅਸੀਂ ਇੱਕ ਬੰਦੇ ਨੂੰ ਰਾਊਂਡ ਅਪ ਕੀਤਾ, ਉਹ ਹਲੇ ਸਾਡੇ ਕੋਲ ਪਹੁੰਚਿਆ ਨਹੀਂ, ਉਹਨੂੰ ਰਾਊਂਡ ਅਪ ਕਰਕੇ, ਹਾਂਜੀ ਹੁਸ਼ਿਆਰਪੁਰ ਤੋਂ ਜਿਹੜਾ ਇਹਨਾਂ ਨੇ ਪੰਜਾਂ 'ਚੋਂ ਲਿਖਾਇਆ ਸੀ ਇੱਕ ਬੰਦੇ ਰਾਊਂਡ ਅਪ ਕੀਤਾ, ਉਹ ਤੋਂ ਵੀ ਪੁੱਛਗਿੱਛ ਕਰਾਂਗੇ, ਇੱਥੇ ਆ ਗਿਆ ਅਤੇ ਬਾਕੀ ਜਿਹਨੂੰ ਹੋਰ ਰਾਊਂਡ ਅਪ ਕਰਨ ਦੀ ਲੋੜ ਪਈ ਉਹਨਾਂ ਨੂੰ ਵੀ ਰਾਊਂਡ ਅਪ ਕਰਾਂਗੇ, ਇਨਵੈਸਟੀਗੇਸ਼ਨ ਅਸੀਂ ਤਹਿ ਤੱਕ ਲੈ ਕੇ ਜਾਵਾਂਗੇ ਅਤੇ ਜਲਦੀ ਅਰੈਸਟ ਕਰ ਲਾਂਗੇ ਸਰ। ਉਹਨਾਂ 'ਚ NRI ਨਹੀਂ ਹੈਗਾ, ਕੇਸ ਸਰ ਨੇ ਆਲਰੇਡੀ ਦੱਸਤਾ, ਜਦੋਂ ਮੇਨ ਬੰਦੇ ਜਿਹੜੇ ਆ ਉਹ ਆਈਡੈਂਟੀਫਾਈ ਹੋ ਗਏ ਅਤੇ ਕੇਸ ਸੋਲਵ ਹੋ ਗਿਆ, ਕੇਸ ਟ੍ਰੇਸ ਹੋ ਗਿਆ। ਇਹ ਕਰਾਉਣ ਦਾ ਇਨਵੈਸਟੀਗੇਸ਼ਨ ਦਾ ਪਾਰਟ ਆ ਨਾ ਜੀ, ਵੰਸ ਦੇ ਆਰ ਅਰੈਸਟਡ ਉਹਨਾਂ ਦਾ ਕੀ ਮੋਟਿਵ ਸੀ, ਕਿਉਂ ਆਏ ਨੇ, ਦੈਟ ਵਿਲ ਬੀ ਕਲੀਅਰਡ ਇਨ ਦਾ ਕਮਿੰਗ ਟਾਈਮ। ਸਰ ਤੁਹਾਡੇ ਤੋਂ ਇਹ ਜਾਣਨਾ ਚਾਹ ਰਹੇ ਸੀਗੇ, ਸਿੰਪਲ ਜਿਹਾ ਸਵਾਲ ਹੈ, ਕਿਉਂਕਿ ਇੱਕ ਮਾਹੌਲ ਸਿਰਜਿਆ ਗਿਆ ਸਵੇਰ ਤੋਂ ਹੀ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਇਹ ਮਾਹੌਲ ਸਿਰਜਿਆ ਗਿਆ ਕਿ ਇੱਕ NRI ਪਰਿਵਾਰ ਤੇ ਹਮਲਾ ਹੋ ਗਿਆ, ਤੁਹਾਡੇ ਤੋਂ ਮੈਂ ਇਹ ਪੁੱਛਣਾ ਚਾਹ ਰਿਹਾ ਸੀਗਾ ਸਾਰੀ ਮੀਡੀਆ ਦੇ ਮਾਧਿਅਮ ਰਾਹੀਂ, ਕਿ ਇਹ ਇੱਕ ਫੈਮਿਲੀ ਡਿਸਪਿਊਟ ਸੀਗਾ ਜਾਂ ਵਾਕਈ ਕਿਸੇ NRI ਦੇ ਉੱਤੇ ਹਮਲਾ ਹੋਇਆ ਜਾਂ ਉਸਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾਏ? ਮੈਂ ਪਹਿਲਾਂ ਵੀ ਕਲੀਅਰ ਕੀਤਾ ਸੀ ਇਹ NRI ਦੇ ਨਾਂ ਤੇ ਜਿਵੇਂ ਇਸ ਨੂੰ ਹਾਈਲਾਈਟ ਕੀਤਾ ਜਾ ਰਿਹਾ ਉਸ ਤਰ੍ਹਾਂ ਦੀ ਇਹਦੇ ਨਾਲ ਕੋਈ ਇਸ਼ੂ ਨਹੀਂ ਹੈਗਾ। ਐਜ ਆਫ ਨਾਓ ਸਾਡੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਕੋਈ NRI ਨੂੰ ਥ੍ਰੈਟ ਕਰਨਾ ਜਾਂ NRI ਤੇ ਅਟੈਕ ਕਰਨਾ ਜਾਂ NRI ਦੇ ਕਾਰਨ ਕਰਕੇ ਜੇ ਅਟੈਕ ਹੋਣਾ ਅਜਿਹੀ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਆਈ। ਇਹ ਇੱਕ ਨੋਰਮਲ ਕ੍ਰਾਈਮ ਆ ਐਜ ਆਫ ਨਾਓ ਦੀ ਇਨਵੈਸਟੀਗੇਸ਼ਨ ਤੋਂ, ਇਹਦੀ ਵੱਧ ਕਲੈਰਿਟੀ ਆ ਜਿਹੜੀ ਉਹ ਕੰਪਲੀਟ ਆ ਜਿਹੜੀ ਸਾਡੀ ਇਨਵੈਸਟੀਗੇਸ਼ਨ ਜਦੋਂ ਤੁਹਾਨੂੰ ਦੱਸਿਆ ਅਰੈਸਟ ਹੋ ਗਏ ਉਹਦੇ 'ਚ ਜੋ ਜੋ ਕਲੈਰਿਟੀ ਆਏਗੀ ਤੁਹਾਨੂੰ ਕਲੀਅਰ ਕਰ ਦਿਆਂਗੇ।